18,000 का बाजार का रेट आ, सेखो फर्नीचर हाउस का 13,000 रुपए का बैड थानू दे देना, किंग स्टाइल बैड आ। देखो होटलों से इदा के बैड पे होंगे जेडे अमीर घर आ, जो उन्होंने घर पे होंगे 18,000 वाला बैड जोड़ा वा तू 13,000 का देवे जी। आ जोड़ा बैड है जी, ये भी 18 वाला 13,000 का जी। आ देखो जी, आ भी जो 18 वाला वा भी दर्शकों 13,000 का देवे। 18,000 वाला बैड जोड़ा ना ये तुम 12,500 के देवे दर्शको। अपने दर्शकों को आप 16,000 रुपये के जोड़ा ये बैड दे देना ऑफर दे जी। तुसी सिर्फ 51,000 रुपया खर्चना, जिदे बैड थानू दे दिता फैंसी गद्दे देते, अलमारी देखो अलमारी, बाकी थानू छोटा साइज दे बड़े साइज देंदे, इत्थे नाल सोफा टेबल प्रेस टेबल ते ड्रेसिंग टेबल, ये सारियां आइटमां थानू सिर्फ ते सिर्फ 51,000 रुपए दे विच मिलनियां। ये मार्केट प्राइस इहदा 30 तों 35,000 रुपया हुंदा वा, अपने तो जे गल करिए ते 22,000 रुपये दे विच पैणा तगड़ साहब। 7,000 रुपया बाजार नालों सस्ता बैड थानू असीं आ देता, ये 35,000 का इतों 28,000 का देवे। सलाह हूँ असं पहुँच चुके हैं पंजाब के लग्जरी फर्नीचर शोरूम सेखो फर्नीचर हाउस श्री अमृतसर साहब विखे, जिथे अज तुहानू असीं बहुत सोहणे सोहणे बैड सोफे अलमारियां डायनिंग टेबल LED पैनल तो अलावा होर बहुत सारा समान लैके देना। शुरुआत की जो गल करिए तगड़ साहब, आ देखो अपना 13,000 रुपये के बॉर्डर वाला बैड, ठीक है जी। जदों तुसी इहनू लागे आण के बैड नू देखोगे खरीदोगे, ठीक है जी, एक ना पहलों चलदे हुंदे सस्ती रेंज जिहदे थले सपोर्टां वज्जी हुंदियां सी जी, ते उपर जिवें इहदे जबड़े वाला ढक्कण पै जाए ना, इह पलाई दा ढक्कण हुंदा वा 19 mm, ठीक है जी, ते 10 वाले दी असीं गरंटी लैंदे आ, 16 mm दे विच इहदी ढोह बणी हुंदी आ जी, ना कि 12 mm। फिर असीं इहदा 13,000 रुपया रेट लै रहे, जदके जे सेम मटीरियल दी गल करिए इह 16, 17, 18 तों ਆਪਦਾ ਕੀ ਉਹਨੂੰ ਕਹਿੰਦੇ ਉੱਪਰ ਹੀ ਹੁੰਦਾ ਜਾਂ ਉਹਦੇ ਵਿੱਚ। ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖਦੇ ਆ, ਹਰ ਵੀਡੀਓ ਦੇ ਵਿੱਚ ਇਹਦਾ ਰੇਟ ਹੁੰਦਾ 18,000 ਰੁਪਏ, ਪਰ ਇੱਥੇ 5,000 ਰੁਪਇਆ ਘੱਟ ਗਿਆ ਜੀ। 13,000 ਰੁਪਏ ਦਾ ਬੈੱਡ ਲੈ ਲਓ, 18,000 ਦਾ ਬਾਜ਼ਾਰ ਦਾ ਰੇਟ ਆ, ਸੇਖੋ ਫਰਨੀਚਰ ਹਾਊਸ ਆ, 13,000 ਰੁਪਏ ਦਾ ਅਸੀਂ ਬੈੱਡ ਤੁਹਾਨੂੰ ਦੇਣਾ। ਬਾਈ ਜੀ ਡਿਜ਼ਾਈਨ ਤਾਂ ਇੱਧਰ ਵੀ ਬਹੁਤ ਸੋਹਣਾ ਆ, ਆਹ ਵੀ ਬਹੁਤ ਸੋਹਣਾ, ਲਾਈਟਾਂ ਲੂਟਾਂ ਜਾਗਦੀਆਂ, ਇਹਨਾਂ ਦਾ ਵੀ ਦੱਸ ਦਿਓ ਨਾ। ਇਹ ਤਗੜ ਸਾਹਿਬ ਜਿਵੇਂ ਜੇ ਗੱਲ ਕਰੀਏ ਮਾਰਕੀਟ ਪ੍ਰਾਈਸ ਇਹਦਾ 30 ਤੋਂ 35,000 ਰੁਪਇਆ ਹੁੰਦਾ ਵਾ, ਆਪਣੇ ਤੋਂ ਜੇ ਗੱਲ ਕਰੀਏ ਤਾਂ 22,000 ਰੁਪਈਏ ਦੇ ਵਿੱਚ ਪੈਣਾ ਤਗੜ ਸਾਹਿਬ। ਆਹ ਦੇਖੋ ਕਿੰਗ ਸਟਾਈਲ ਬੈੱਡ ਆ, ਦੇਖੋ ਹੋਟਲਾਂ 'ਚ ਇੱਦਾਂ ਦੇ ਬੈੱਡ ਪਏ ਹੁੰਦੇ ਆ, ਜਿਹੜੇ ਅਮੀਰ ਘਰ ਆ ਜਿਹੜੇ ਕਰੋੜ ਕਰੋੜ ਰੁਪਈਆ ਕੋਠੀਆਂ 'ਤੇ ਲਾ ਦਿੰਦੇ, ਉਹਨਾਂ ਦੇ ਘਰਾਂ 'ਚ ਪਏ ਹੁੰਦੇ ਆ। ਵੱਡੇ ਵੱਡੇ ਸ਼ੋਰੂਮਾਂ 'ਚ ਜਾ ਕੇ ਜਦੋਂ ਮੈਂ ਰੇਟ ਪਤਾ ਕੀਤਾ, ਕਿਸੇ ਨੇ 45,000 ਦੱਸਿਆ, ਕਿਸੇ ਨੇ 42,000 ਦੱਸਿਆ। ਸੇਖੋ ਸਾਹਿਬ ਤੁਸੀਂ ਆਪਣਾ ਰੇਟ ਦੱਸੋ। ਇਹ ਨਾ ਤਗੜ ਸਾਹਿਬ ਇਹਦੇ ਜਿਹੜਾ ਗਲਾਸ ਦਾ ਕੰਮ ਹੋਇਆ, ਉਹ ਵੀ ਡਬਲ ਗਲਾਸ ਆ, ਉਹਦੇ ਨੂੰ ਲੱਗਾ ਹੋਇਆ ਵਾ ਪਿੱਛੇ ਵੀ ਅੱਗੇ ਵੀ ਫਰੰਟ, ਠੀਕ ਹੈ ਜੀ, ਅਤੇ ਮਾਈਕਾ ਜਿਹੜਾ ਵਾ ਇਹਨੂੰ ਮੈਟ ਲੱਗਾ, ਅਤੇ ਉਸ ਤੋਂ ਬਾਅਦ ਤਗੜ ਸਾਹਿਬ ਆ ਦੇਖੋ ਆਪਣਾ ਚੱਲਦਾ ਆ ਰਿਹਾ ਮਾਡਲ, ਇਹਦੇ 'ਚ ਡਿਜ਼ਾਈਨ ਅਨੇਕ ਅਤੇ ਕਲਰ ਵੀ ਬਹੁਤ ਨੇ ਸਾਡੇ ਤੋਂ, ਜਿਵੇਂ ਕਿ ਤੁਸੀਂ ਹਰ ਵਾਰੀ ਸਾਡੇ ਦਰਸ਼ਕ ਦੇਖਦੇ ਹੀ ਹੋਣੇ ਆ। ਇਹ ਜਿਹੜਾ ਤਗੜ ਸਾਹਿਬ ਆਪਾਂ ਆਪਣੇ ਦਰਸ਼ਕਾਂ ਨੂੰ 22,000 ਰੁਪਈਏ ਦਾ ਆਪਣਾ ਦੇ ਰਹੇ ਹਾਂ ਇਹ ਬੈੱਡ ਜਿਹੜਾ, ਉੱਦਾਂ 'ਤੇ ਜੇ ਇਹਦੀ ਗੱਲ ਕਰੀਏ ਤਾਂ ਪ੍ਰਾਈਜ਼ ਇਹਦਾ ਵੀ ਕੋਈ 26, 27, 28, 30,000 ਰੁਪਇਆ, ਅਤੇ 35,000 ਰੁਪਇਆ ਮਾਰਕੀਟ ਦੇ ਨੂੰ ਟੱਚ ਕਰਦਾ ਵਾ, ਆਪਣੇ ਤੋਂ ਸਿਰਫ ਆਪਣੇ ਦਰਸ਼ਕਾਂ ਨੂੰ 9 ਫੁੱਟ, ਸਾਰਾ ਹੀ ਫੈਂਸੀ ਆ ਇਹਦੇ ਨਾ। ਆਹ ਦੇਖੋ ਫੱਟਾ ਦੇਖੋ ਕਿੱਡਾ ਭਾਰਾ, ਅਤੇ ਮੋਟੀ ਫੋਮ ਚਾੜ ਕੇ ਨੂੰ, ਆਹ ਦੇਖੋ ਇਸ ਤੋਂ ਬਾਅਦ ਨਾ ਇਹਦੇ ਆਪਣਾ ਕੀ ਉਹਨੂੰ ਕਹਿੰਦੇ ਕੁਇਲਟਿੰਗ ਵਗੈਰਾ ਕਾਫੀ ਹੋਈ ਆ, ਜਿਹੜਾ ਕਿ ਕੈਮਰੇ 'ਚ ਪਤਾ ਨਹੀਂ ਦਿਖਦਾ ਕਿ ਨਹੀਂ ਦਿਖਦਾ, ਢੋਹ ਦਾ ਵੀ ਡਿਜ਼ਾਇਨਿੰਗ ਆ ਇਹ, ਜਿਵੇਂ ਆਪਣੇ ਤੋਂ ਤੇ ਤਗੜ ਸਾਹਿਬ ਦਾ ਰੇਟ ਹੈਗਾ ਸਿਰਫ 17,000 ਰੁਪਇਆ। ਬਾਜ਼ਾਰ ਜੇ ਦੀ ਗੱਲ ਕਰੀਏ ਤੇ ਬਹੁਤ ਮਹਿੰਗੇ ਵੀ ਵਿਕਦੇ ਆ, ਕਿਉਂਕਿ ਸਾਰਾ ਇਹ 17,000 ਦੇ ਦੋਗੇ ਜੀ 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 ਤਗੜ ਸਾਹਿਬ 17,000 ਰੁਪਏ ਦੇ ਵਿੱਚ। ਇੱਕ ਨਾ ਦਰਸ਼ਕੋ ਤੁਸੀਂ ਬਣੇ ਰਹੋ, ਅੱਜ ਤੁਹਾਨੂੰ ਐਂਡ ਤੇ ਗਿਫਟ ਵੀ ਦਵਾਂਗੇ, ਉਸ ਤੋਂ ਬਾਅਦ ਤੁਹਾਨੂੰ ਕੋਈ ਆਪਦੇ ਕੋਲੋਂ ਆਪਾਂ ਇੱਕ ਨਵੀਂ ਮੈਟਰਸ ਦੀ ਕੰਪਨੀ ਜਿਹੜੀ ਆ ਉਹਦੇ ਆਪਾਂ ਡੀਲਰ ਬਣੇ ਆ, ਉਹ ਵੀ ਤੁਹਾਨੂੰ ਜ਼ਰੂਰ ਨਾਲ ਦਿਖਾਵਾਂਗੇ। ਆਹ ਦੇਖੋ ਆਹ ਵੀ ਬਹੁਤ ਸੋਹਣਾ ਡਿਜ਼ਾਈਨ ਹੈਗਾ, ਮਤਲਬ ਇਹਦੇ ਵਿੱਚ ਬੈੱਡਾਂ ਦੇ ਵਿੱਚ ਬਹੁਤ ਸੋਹਣੇ ਰੰਗ ਵੀ ਹੈਗੇ ਆ, ਬਹੁਤ ਸੋਹਣੇ ਸਾਡੇ ਕੋਲ ਡਿਜ਼ਾਈਨ ਵੀ ਹੈਗੇ ਆ, ਸੈਟੀਆਂ ਦੇ ਨਾਲ ਲੈ ਲਓ, ਬਿਨਾਂ ਸੈਟੀਆਂ ਦੇ ਲੈ ਲਓ, ਸਾਈਜ਼ ਵੀ ਸਾਡੇ ਕੋਲ ਬਹੁਤ ਸਾਰੇ ਹੈਗੇ ਆ। ਆਹ ਦੇਖੋ ਲਾਈਟਾਂ ਲੂਟਾਂ ਜਾਗਦੀਆਂ, ਮਾਈਕੇ ਪੂਰੇ ਚਮਚਮਾ ਰਹੇ ਆ। ਬਾਈ ਜੀ ਇਹ ਕੀ ਰੇਟ ਹੈਗਾ ਬੈੱਡ ਦਾ ਵੀ ਦੱਸ ਦਿਓ। ਇਹ ਤਗੜ ਸਾਹਿਬ ਆਪਣੇ ਬੈੱਡ ਦੀ ਜੇ ਗੱਲ ਕਰੀਏ, ਇਹ ਆਪਣੇ ਦਰਸ਼ਕਾਂ ਨੂੰ ਆਪਾਂ 16,000 ਰੁਪਏ ਦੇ ਵਿੱਚ ਜਿਹੜਾ ਇਹ ਬੈੱਡ ਦੇ ਦੇਣਾ ਆਫਰ ਦੇ ਵਿੱਚ। ਉੱਦਾਂ ਜੇ ਇਹਦੀ ਗੱਲ ਕਰੀਏ ਸਾਡਾ ਪ੍ਰਾਈਜ਼ ਵੀ ਜਿਹੜਾ ਵਾ ਇਹਦਾ 22,000 ਦੇ ਲਾਗੇ ਸਮਥਿੰਗ ਹੁੰਦਾ ਵਾ ਕੋਈ। ਉਸ ਤੋਂ ਬਾਅਦ ਤਗੜ ਸਾਹਿਬ ਜੇ ਗੱਲ ਕਰੀਏ ਤਾਂ ਆਪਣਾ ਜਿਵੇਂ ਕਿ ਮਾਡਲ 13,000 ਰੁਪਏ ਦੇ ਵਿੱਚ ਬਾਰਡਰ ਵਾਲਾ ਬੈੱਡ, ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਤਗੜ ਸਾਹਿਬ ਆ ਦੇਖੋ ਪਫੀ ਵਾਲਾ, ਪਫੀ ਵਾਲਾ ਜਿਹੜਾ ਬੈੱਡ ਆ ਆਪਣੇ ਦਰਸ਼ਕ ਆਪਣੇ ਨਾਲ ਬਣੇ ਰਹਿਣ, ਇਹਦੇ 'ਚ ਮਾਡਲ ਹੋਰ ਵੀ ਪਏ ਆ ਦੂਜੇ ਸ਼ੋਰੂਮ 'ਤੇ, ਆਪਾਂ ਆਪਣੇ ਦਰਸ਼ਕਾਂ ਨੂੰ ਦਿਖਾਉਂਦੇ ਜਾਵਾਂਗੇ, ਬਹੁਤ ਸੋਹਣੇ ਬਹੁਤ ਵਧੀਆ। ਇਹਦੀ ਨਾ ਤਗੜ ਸਾਹਿਬ ਖਾਸੀਅਤ ਇੱਕ ਇਹ ਆ, ਇਹ ਅੰਦਰੋਂ ਅੰਦਰੋਂ ਤਾਂ 6 ਫੁੱਟ ਹੀ ਰਹਿ ਜਾਂਦਾ ਰੈਗੂਲਰ, ਵੀ ਜਿਹੜੇ 6 ਫੁੱਟ ਦਾ ਬੰਦਾ ਵੀ ਸੌਂਗਾ, ਜੇ ਕੋਈ ਬੰਦੇ ਦੀ ਹਾਈਟ ਜ਼ਿਆਦੀ ਆ ਤਾਂ ਉਹ ਇੱਥੇ ਵੀ ਪੈਰ ਰੱਖ ਸਕਦਾ, 6 ਫੁੱਟ ਦੇ ਖਰਚੇ ਦੇ ਵਿੱਚ ਜਿਹੜਾ ਉਹ 7 ਫੁੱਟ ਤੱਕ ਦਾ ਬੰਦਾ
ਜਾਪਦਾ 6:30 ਤੱਕ ਦਾ ਬੰਦਾ ਜਿਹੜਾ ਆਰਾਮ ਨਾਲ ਇੱਥੇ ਸੌ ਸਕਦਾ। ਤੁਸੀਂ ਗੱਦਿਆਂ ਦੀ ਗੱਲ ਕਰ ਰਹੇ ਸੀ ਕੋਈ? ਗੱਦਾ ਤਾਂ ਗੜ ਸਾਹਿਬ ਸਲੀਪਵੈਲ ਬ੍ਰਾਂਡ ਹੈ ਮੇਰੇ ਤਾਂ ਇਹਦੇ ਵੱਲੋਂ ਤੇ ਬਾਲਾ ਦੱਸਣ ਦੀ ਨਹੀਂ ਸਾਨੂੰ ਜ਼ਰੂਰਤ ਨਾ ਸਲੀਪਵੈਲ ਦਾ ਇਹਦੇ ਇੰਡੀਆ ਦਾ ਬਹੁਤ ਪੁਰਾਣਾ ਬ੍ਰਾਂਡ ਆ ਇਹਦੇ ਤੁਹਾਨੂੰ ਸਾਡੇ ਕੋਲ ਸਾਰੇ ਦਰਸ਼ਕੋ ਮਾਡਲ ਬੈਟਰਸ ਦੇ ਮਿਲ ਜਾਣਗੇ ਜਿੱਦੇ ਤੁਹਾਡੇ ਕੋਲ ਸਲੀਪਵੈਲ ਵੀ ਮਿਲ ਜਾਏਗਾ ਸਲੀਪ ਨਾਈਟ ਵੀ ਮਿਲ ਜਾਏਗਾ ਸਾਡੇ ਕੋਲ ਆਪਦੀ ਗਰੰਟੀ ਵਾਲਾ ਮੈਟਰਸ ਵੀ ਮਿਲ ਜਾਏਗਾ ਆਨਲਾਈਨ ਗਰੰਟੀ ਵਾਲਾ ਮੈਟਰਸ ਵੀ ਮਿਲ ਜਾਏਗਾ ਇਹਦੇ ਬਹੁਤ ਤਕੜ ਸਾਹਿਬ ਇਹਦਾ ਸਲੀਪਵੈਲ ਦੇ 15-15-20 ਸਾਲ ਗਰੰਟੀ ਵਾਲੇ ਮੈਟਰਸ ਆਉਂਦੇ ਆ ਸ਼ੁਰੂਆਤ ਇਹਦੀ ਬਹੁਤ ਸੋਹਣੀ ਰੇਂਜ ਤੋਂ ਆ ਬਾਲੀ ਆਪਦਾ ਇਹਨਾਂ ਨੇ ਬੜੀਆਂ ਸੋਹਣੀਆਂ ਰੇਂਜਾਂ ਜਿਹੜੀਆਂ ਉਹਨੂੰ ਲਾਂਚ ਕੀਤੀਆਂ ਸਲੀਪਵੈਲ ਨੇ ਨਹੀਂ ਤਾਂ ਇਹਨਾਂ ਦੀ ਰੇਂਜ 25-30 ਤੋਂ 15-25 ਤੋਂ ਅੱਪ ਹੁੰਦੀ ਸੀ ਹੁਣ ਇਹਦੇ ਮੈਟਰਸ ਜਿਹੜਾ ਇਹਨਾਂ ਨੇ 6-7-8 ਤੋਂ ਸ਼ੁਰੂ ਕੀਤਾ ਹੋਇਆ ਸਲੀਪਵੈਲ ਦਾ ਆਪਦੀ ਸਿਹਤ ਦੇ ਹਿਸਾਬ ਨਾਲ ਤੇ ਉਦਾਂ ਦਾ ਹੀ ਮਾਡਲ ਸਾਡੇ ਕੋਲ ਮਿਲ ਜੂਗਾ ਤਾਂ ਸੇਖੋ ਫਰਨੀਚਰ ਹਾਊਸ HDFC ਬੈਂਕ ਦੇ ਬਿਲਕੁਲ ਨਾਲ ਸ਼ੋਰੂਮ ਹੈ ਠੀਕ ਹੈ ਜੀ ਆਓ ਜੀ ਦਰਸ਼ਕੋ ਆਹ ਦੇਖੋ 18,000 ਵਾਲਾ ਬੈੱਡ ਜਿਹੜਾ ਵਾ ਤੁਹਾਨੂੰ 13,000 ਦਾ ਦੇਵਾਂਗੇ ਜੀ ਆਹ ਜਿਹੜਾ ਬੈੱਡ ਹੈ ਜੀ ਇਹ ਵੀ 18 ਵਾਲਾ 13,000 ਦਾ ਜੀ ਆਹ ਦੇਖੋ ਜੀ ਆਹ ਵੀ ਜਿਹੜਾ 18 ਵਾਲਾ ਵਾ ਇਹ ਵੀ ਦਰਸ਼ਕੋ 13,000 ਦਾ ਦੇਵਾਂਗੇ 17,000 ਵਾਲਾ ਬੈੱਡ ਜਿਹੜਾ ਨਾ ਇਹ ਤੁਹਾਨੂੰ 12,500 ਦੇ ਵਿੱਚ ਦੇਵਾਂਗੇ ਦਰਸ਼ਕੋ ਪਲਾਈ ਦੀ ਗਰੰਟੀ ਇਹਦੀ ਵੀ ਪੂਰੀ ਆ ਢੱਕਣ ਜਿਹੜਾ ਵਾ ਪਲਾਈ ਦਾ ਵਾ ਕੋਈ ਜਬੜਾ ਨਹੀਂ ਉਹਦੇ ਅਸੀਂ ਲਾਉਂਦੀ ਨਹੀਂ ਉਸ ਤੋਂ ਬਾਅਦ ਜੇ ਗੱਲ ਕਰੀਏ ਆਹ ਦੇਖੋ ਆਹ ਵੀ ਜਿਹੜਾ ਵਾ 18 ਵਾਲਾ ਬੈੱਡ ਜਿਹੜਾ ਤਗੜ ਸਾਹਿਬ ਇਹ ਵੀ ਆਪਦਾ ਕੀ ਉਹਨੂੰ ਕਹਿੰਦੇ 13 ਦਾ ਦੇਵਾਂਗੇ ਬਾਰਡਰ ਵਾਲਾ ਜੀ ਇਹ ਦੇਖੋ ਸਿੰਪਲ ਸੋਬਰ ਲਾਈਟ ਦਾ ਵੀ ਕੰਮ ਹੈ ਜੇ ਲਾਈਟ ਬੰਦ ਕਰ ਦਈਏ ਤਾਂ ਬਿਲਕੁਲ ਸਿੰਪਲ ਹੋ ਜਾਂਦਾ ਉਸ ਤੋਂ ਬਾਅਦ ਤਗੜਦਾ ਵਾ 9 ਫੁੱਟ ਜੇ ਗੱਲ ਕਰੀਏ ਤੇ ਸਿੰਦਰੀ ਵਾਲਾ ਵਿੱਚ ਆ ਸ਼ੀਸ਼ਾ ਲੱਗਾ ਹੋਇਆ ਸ਼ੀਸ਼ੇ ਦੇ ਅੰਦਰ ਸਿੰਦਰੀ ਲੱਗੀ ਹੋਈ ਆ ਅਤੇ ਬਿਲਕੁਲ ਸਿੰਪਲ ਜਿਹੀ ਚੀਜ਼ ਆ ਜਿਵੇਂ ਕਿ ਗੱਲ ਕਰੀਏ ਇਹ 9 ਫੁੱਟ ਬੈੱਡ ਉਸ ਤੋਂ ਬਾਅਦ ਤਗੜਦਾ ਵਾ ਦੇਖੋ ਨਵਾਂ ਡਿਜ਼ਾਇਨ ਇੱਕ ਨਾ ਆਪਣੇ ਦਰਸ਼ਕਾਂ ਲਈ ਬਣਾਇਆ ਆ ਦੇਖੋ ਇਹ ਕੁਝ ਕੁ ਕਸਟਮਰ ਜਿਹੜੇ ਇਹਦੇ ਗਾਹਕ ਆ ਨਾ ਜਿਹੜੇ ਇਹਨੂੰ ਪਸੰਦ ਕਰਦੇ ਇਹਨੂੰ ਹੀ ਪਸੰਦ ਕਰਦੇ ਆ ਸਾਨੂੰ ਆਪਦਾ ਕੀ ਉਹਨੂੰ ਕਹਿੰਦੇ ਸਾਨੂੰ ਤੇ ਸਾਡੇ ਦਰਸ਼ਕਾਂ ਦੀ ਡਿਮਾਂਡ ਆਈ ਤੇ ਅਸੀਂ ਉਹਨਾਂ ਦੇ ਕਹਿਣ 'ਤੇ ਬਣਾਤਾ 35,000 ਵਾਲਾ ਜਿਹੜਾ ਬੈੱਡ ਆ ਤਗੜਦਾ ਵਾ ਦੇਖੋ 9 ਫੁੱਟ ਆ ਦਰਾਜ ਵੇਖੋ ਜੀ ਕੀ ਉਹਨੂੰ ਕਹਿੰਦੇ ਪੂਰੇ ਘੈਂਟ ਵੀ ਅਗਲੇ ਦਾ ਗੱਲ ਕਰਦੀ ਵੀ ਸਰਜੇ ਜਿਹੜਾ ਬਕਸੇ ਮਤਲਬ 7,000 ਰੁਪਈਆ ਬਾਜ਼ਾਰ ਨਾਲੋਂ ਸਸਤਾ ਬੈੱਡ ਤੁਹਾਨੂੰ ਅਸੀਂ ਆਹ ਦੇਤਾ ਇਹ 35,000 ਦਾ ਇੱਥੋਂ 28,000 ਦਾ ਦੇਵਾਂਗੇ ਆਹ ਵੀ ਦੇਖੋ ਸਾ ਬੜਾ ਸੋਹਣਾ ਬਣਾ ਇਹ ਤਗੜ ਸਾਹਿਬ ਜਿਹੜੇ ਆਪਾਂ 35-28 ਦੀ ਗੱਲ ਕਰ ਰਹੇ 7,000 ਦਾ ਡਿਫਰੈਂਸ ਆਪਣੇ ਪੰਜਾਬ 'ਚ ਆ ਕਿਉਂਕਿ ਚਲੋ ਇੱਥੇ ਫਿਰ ਵੀ ਮਾਰਕੀਟ ਤਕੜੀ ਹੈ ਜੇ ਹਿਮਾਚਲ ਜੰਮੂ ਚਲ ਜਾਈਏ ਉੱਥੇ ਤੇ ਆਪਦਾ ਕੀ ਉਹਨੂੰ ਕਹਿੰਦੇ ਬੈੱਡ ਚਲੀ 50,000 ਨੂੰ ਵੀ ਕਰਦੇ ਆ ਟੱਚ ਮੈਂ ਦੇਖਿਆ ਆ ਖੁਦ 60,000 ਤੱਕ ਵੀ ਇਹ ਬੈੱਡ ਜਿਹੜੇ ਵਿਕਦੇ ਆ ਇਹ ਜੇ ਦਰਸ਼ਕੋ ਗੱਲ ਕਰੀਏ ਪਫੀ ਵਾਲਾ ਦੇਖੋ ਬੈੱਡ ਇਹਦੇ ਰੇਟ ਦੀ ਆਪਦਾ ਕੀ ਉਹਨੂੰ ਕਹਿੰਦੇ ਗਰੰਟੀ ਦੇ ਨਾਲ ਜਿਹੜਾ 30 ਵਾਲਾ ਬੈੱਡ ਆ 22,000 'ਚ ਦੇਵਾਂਗੇ ਅਤੇ ਆਹ ਦੇਖੋ ਦਰਸ਼ਕੋ ਮਾਡਲ ਪਹਿਲਾਂ ਵੀ ਬਣਾਇਆ ਸੀ ਫਿਰ ਨਾ ਇਹ ਬੰਦ ਕਰਤਾ ਸੀ ਮਾਡਲ ਥੋੜ੍ਹੀ ਮਿਹਨਤ ਲੱਗਦੀ ਸੀ ਫਿਰ ਦੁਬਾਰਾ ਆਪਦੇ ਦਰਸ਼ਕਾਂ ਲਈ ਇਹ ਜਾਰੀ ਕਰਤਾ ਵਾ ਇਹ ਵੀ ਤਕੜਦਾ ਉਹ 35 ਵਾਲਾ 28 ਦਰਾਜ ਇਹਦੇ ਇੱਕ ਸਾਈਡ 'ਤੇ 2 ਆ ਜੀ ਜੀ ਬੈੱਡ ਦੀ ਪਲਾਈ ਸਲਾਈ ਦੀ ਹਰ ਚੀਜ਼ ਦੀ ਪੂਰੀ ਠੋਕ ਕੇ ਗਰੰਟੀ ਆ ਜੀ ਪਰ ਉਹਦੀ ਦਰਸ਼ਕੋ ਪਲਾਈ ਦੀ ਗਰੰਟੀ ਜੋ ਬਾਕੀ ਤੁਸੀਂ ਕਿਉਂਕਿ ਜਿਹੜੀਆਂ ਆਹ ਚਾਈਨਾ ਦੀਆਂ ਲਾਈਟਾਂ ਲੂਟਾਂ ਲੱਗੀਆਂ ਹੁੰਦੀਆਂ ਇਹਦੀ ਕੋਈ ਗਰੰਟੀ ਨਹੀਂ ਹੁੰਦੀ ਜੋ ਆ ਵੀ ਇੱਕ ਫੇਮਸ ਮਾਡਲ ਆ ਸੇਖੋ ਫਰਨੀਚਰਾਂ ਮਸ਼ਹੂਰ ਹੋਇਆ ਕਹਿੰਦੇ ਆਡੀ ਮਾਡਲ ਲੈਣਾ ਆਡੀ ਤਗੜ ਸਾਹਿਬ ਇਹਦੀ ਜੇ ਗੱਲ ਕਰੀਏ ਇਹ ਜਿਹੜਾ ਆਪਦਾ 24-25 ਵਾਲਾ ਬੈੱਡ ਆ ਨਾ ਜੀ ਇਹ ਆਪਣੇ ਦਰਸ਼ਕਾਂ ਨੂੰ ਇਹ ਬੈੱਡ ਅਤੇ ਇਹੋ ਹੀ ਮਾਡਲ ਇੱਕ ਇਹ ਆਪਾਂ ਆਪਣਾ ਮੈਂ ਦੇਖਣਾ ਚਾਹੁੰਦਾ ਵੀ ਕਿਹੜੇ ਲੱਕੀ ਬੰਦੇ ਦੇ ਘਰ ਜਾਂਦਾ ਵਾ ਇਹ 18,000 ਦੇ ਦੇਣਾ ਆਪਾਂ ਅੱਛਾ 25,000 18,000 ਪਰ ਇੱਕੋ ਲੱਕੀ ਬੰਦਾ ਨਹੀਂ ਤਾਂ ਜਿਹੜਾ ਇਹਦਾ ਰੈਗੂਲਰ ਪ੍ਰਾਈਜ਼ ਆ ਸਾਡਾ 20,000 ਰੁਪਇਆ ਜੋ ਇੱਕੋ ਕਰਮ ਵਾਲਾ ਬੰਦਾ ਜਿਹੜਾ ਸਾਡੀ ਵੀਡੀਓ ਪਹੁੰਚ ਵੇਖਦਾ ਵੇਖਦਾ ਇੱਥੋਂ ਤੱਕ ਪਹੁੰਚ ਜਾਊਗਾ ਉਹਨੂੰ 18,000 ਰੁਪਈਏ ਦਾ ਲੱਗੂ ਹੁਣ ਮੈਂ ਤਾਂ ਦੇਖਦਾ ਵੀ ਦਰਸ਼ਕਾਂ ਨੂੰ ਪਤਾ ਨਹੀਂ ਕਲੀਅਰ ਦੇਖ ਰਿਹਾ ਕਿ ਨਹੀਂ ਦੇਖ ਰਿਹਾ ਇਹਦੀ ਫਿਨਿਸ਼ਿੰਗ ਸਫਾਈ ਮਾਈਕਾ ਜਿਹੜਾ ਦੇਖੋ ਜੀ ਠੀਕ ਹੈ ਉਸ ਤੋਂ ਬਾਅਦ ਆ ਦੇਖੋ ਗ੍ਰੀਨ ਕਲਰ ਦੇ ਵਿੱਚ ਕੁਸ਼ਨਿੰਗ ਆ ਛੋਟੇ ਛੋਟੇ ਪੀਸਾਂ ਨਾਲ ਗੱਦੀ ਲੱਗੀ ਹੁੰਦੀ ਹੈ ਜੀ ਉਸ ਤੋਂ ਬਾਅਦ ਆ ਸਾਈਡ ਦੇਖੋ ਦਰਾਜ ਤਗੜ ਸਾਹਿਬ ਅੱਗੇ ਫੱਟਾ ਵੱਖਰਾ ਵਾ ਬਹੁਤ ਅੱਛੀ ਅਤੇ ਬੜੀ ਰੂਹ ਨਾਲ ਚੀਜ਼ ਇਹ ਤਿਆਰ ਕੀਤੀ ਹੁੰਦੀ ਆ ਇਹ ਜਿਵੇਂ ਕਿ ਤਗੜ ਸਾਹਿਬ ਇਹ ਵੀ ਜਿਹੜਾ ਵਾ ਗੱਲ ਕਰੀਏ 35,000 ਰੁਪਈਏ ਦਾ ਬੈੱਡ ਆ ਆਪਣੇ ਤੋਂ ਆਪਣੇ ਦਰਸ਼ਕਾਂ ਨੂੰ ਮਾਤਰ 28,000 ਦਾ ਪੈਣਾ ਆਹ ਵੀ ਤੁਸੀਂ ਚੈੱਕ ਕਰ ਲਓ ਆਹ ਵੀ ਸੋਹਣਾ ਡਿਜ਼ਾਈਨ ਹੈਗਾ ਇਹਦੇ 'ਚ ਰੇਟ ਤਗੜ ਸਾਹਿਬ ਹੈਰਾਨ ਕਰਨ ਵਾਲਾ ਦੇਵਾਂਗੇ ਗਲਾਈ ਦੇ ਵਿੱਚ 9 ਫੁੱਟ ਉੱਚਾ ਭਾਰਾ ਹੈਲਥੀ ਬੈੱਡ 10 ਸਾਲ ਪਲਾਈ ਦੀ ਗਰੰਟੀ ਦੇ ਨਾਲ ਆ ਦੇਖੋ ਜੀ ਆਪਦਾ ਗੱਲ ਕਰੀਏ ਤੇ ਇਹ ਲਾਈਟਿੰਗ ਵਾਲਾ ਜਿਹੜਾ ਬੈੱਡ ਆ 30 ਵਾਲਾ ਜਿਹੜਾ ਆਪਣੇ ਦਰਸ਼ਕਾਂ ਨੂੰ ਆਪਾਂ 22,000 'ਚ ਦੇ ਦੇਣਾ ਸੋ 30,000 ਦਾ ਬੈੱਡ ਬਾਜ਼ਾਰ ਦਾ ਜੀ ਤੁਹਾਨੂੰ ਅਸੀਂ 22,000 ਦੇਣਾ ਮਤਲਬ ਗਰੰਟੀਆਂ ਦੇਖੋ 10-10 ਸਾਲ ਦੀਆਂ ਗਰੰਟੀਆਂ ਲੈ ਲਈਆਂ ਐਡੀ ਗਰੰਟੀ ਤੁਹਾਨੂੰ ਕਿਸੇ ਨੇ 6 ਮਹੀਨੇ ਦੇਣੀ ਸਾਡੇ ਨਾਲ ਪਲਾਈ ਦੀ ਤਗੜੇ ਇਹ ਤਗੜ ਸਾਹਿਬ ਜਿਵੇਂ ਕਿ ਦੇਖੋ ਪੌਲਿਸ਼ ਵਾਲਾ ਇਹ 6.5 ਫੁੱਟ ਬਕਸਿਆਂ ਦੇ ਵਿੱਚ ਆ ਤਗੜ ਸਾਹਿਬ ਉਸ ਤੋਂ ਬਾਅਦ ਆਹ ਦੇਖੋ ਜੀ ਇਹ ਵੀ 6.5 ਫੁੱਟ ਇਹਦੀ ਨਾ ਲਾਈਟਿੰਗ ਜੀ ਲਾ ਕੇ ਨਾ ਰੱਖੇ ਸਾਈਡ 'ਤੇ ਬਲਬ ਜੇ ਆਹ ਵੀ ਦੇਖੋ ਜੀ 6.5 ਫੁੱਟ ਦੇ ਵਿੱਚ ਸਿੰਪਲ ਸੋਬਰ ਉਸ ਤੋਂ ਬਾਅਦ ਜੇ ਤਗੜ ਸਾਹਿਬ ਗੱਲ ਕਰੀਏ ਤਾਂ
18 हज़ार च मार्बल माइका इदा का मार्बल लगा होते बिछाओ बैड न लाओ बहुत सोहना लगेगा। उस तो बाद जे तकर साहब आ देखो मॉडल सिरा मॉडल डेली की अपडेट लिए तुहानू दस्या ही होया वा सेखो फर्नीचर फेसबुक पर भी तुहानू दस्या होया वा फॉलो कर लो इंस्टा पर भी आई डी है सेखो फर्नीचर इंडिया गेट उन्होंने फॉलो कर लो तो तुहानू डेली की अपडेट देते रहेंगे जी।